हाँ जी, हेलो स्टूडेंट्स, आज आप आ गए हैं जी तो देखो शीट नंबर 4 ते तो देखो ठीक है जी, खुश हो जो फटाफट, बहुत इजी शीट है की है ठीक है जी। सो देखिए जी सॉल्व करके, सो कलर केड़ा ले लिए, काले ते लाल वधिया चला चला ठीक है। सो जेड़ा हैगा, सो देखो जी ਧਾਤਾਂ ਤੇ ਅਧਾਤਾਂ ਲੈਸਨ ਹੈਗਾ, ਇਹ ਬਹੁਤ ਜ਼ਿਆਦਾ ਸੌਖਾ ਲੈਸਨ ਹੈਗਾ ਤੁਹਾਡੇ ਕੋਲ ਠੀਕ ਹੈ। ਸੋ ਕੁਐਸਚਨ ਦੇਖੋ ਜੀ, ਤੁਹਾਨੂੰ ਆਰਾਮ ਨਾਲ ਸਮਝ ਆ ਜਾਣੇ। ਬਖਸ਼ੀਸ਼ ਨੇ ਵੇਖਿਆ ਲੋਹਾਰ ਲੋਹੇ ਦੀ ਕਿੱਲ ਨੂੰ ਹਥੋੜੇ ਨਾਲ ਕੁੱਟਦਾ ਹੈ, ਕੁੱਟਦਾ ਹੈ, ਕੁੱਟਦਾ ਹੈ ਤੇ ਕਿੱਲ ਦੀ ਚਾਦਰ 'ਚ ਪਰਿਵਰਤਿਤ ਹੋ ਜਾਂਦੀ ਹੈ। ਮੰਨ ਲਓ ਫਲੈਟ ਹੋ ਗਈ ਤਾਂ ਕੁੱਟਦਾ ਤਾਂ ਕੁਟੀਣ ਯੋਗ ਠੀਕ ਹੈ, ਖਿੱਚਦਾ ਤਾਂ ਖਿਚੀਣ ਯੋਗਤਾ ਹੁੰਦੀ ਹੈ, ਤਾਰਾਂ ਬਣਦੀਆਂ ਤਾਂ ਖਿਚੀਣ ਯੋਗਤਾ ਹੋ ਜਾਂਦੀ ਹੈ। ਸੋ ਈਜ਼ੀ। ਨੀਸ਼ਾ ਨੇ ਮਾਤਾ ਜੀ ਦੇ ਪਤੀਲੇ ਦਾ ਹੈਂਡਲ ਟੁੱਟ ਜਾਣ ਤੇ ਗਰਮ ਪਤੀਲੇ ਨੂੰ ਕੱਪੜੇ ਨਾਲ ਫੜਿਆ। ਆਪਾਂ ਵੀ ਤਾਂ ਐਂ ਕਰਦੇ ਹਾਂ, ਜੇ ਗਰਮ ਗਲਾਸ ਵੀ ਹੋਵੇ ਕੱਪੜੇ ਨਾਲ ਫੜਦੇ ਹਾਂ, ਕਿਉਂ ਕਿਉਂਕਿ ਕੱਪੜੇ ਤਾਂ ਆਪਾਂ ਨੂੰ ਹੀਟ ਮਹਿਸੂਸ ਨਹੀਂ ਹੁੰਦੀ, ਕੱਪੜਾ ਕੁਚਾਲਕ ਹੈ, ਕੱਪੜੇ 'ਚੋਂ ਹੀਟ ਟ੍ਰੈਵਲ ਨਹੀਂ ਕਰਦੀ ਹੈਗੀ ਤੁਹਾਡੇ ਕੋਲ। ਸੋ ਈਜ਼ੀ ਹੈ ਜੀ ਤੁਹਾਡੇ ਪਾਸ ਠੀਕ ਹੈ। ਮੰਦਰਾਂ ਦੀ ਘੰਟੀ ਲੱਕੜੀ ਦੀ ਨਾ ਹੋਵੇ ਧਾਤ ਦੀ ਹੁੰਦੀ ਹੈ, ਲੱਕੜੀ ਤੇ ਹਿੱਟ ਕਰਕੇ ਦੇਖੋ ਦਰਵਾਜ਼ੇ ਦੇ ਆਵਾਜ਼ ਨਹੀਂ ਆਉਣੀ, ਧਾਤਾਂ ਜਿਹੜੀਆਂ ਹੈਗੀਆਂ ਨੇ ਉਹ ਤੋਨਿਕ ਹੁੰਦੀਆਂ ਨੇ ਤੁਹਾਡੇ ਕੋਲ, ਸੋਨਰਸ ਹੁੰਦੀਆਂ ਨੇ ਤੁਹਾਡੇ ਕੋਲ, ਇਸ ਕਰਕੇ ਆਪਾਂ ਨੂੰ ਆਵਾਜ਼ ਸੁਣਾਈ ਦਿੰਦੀ ਹੈ। ਸੋ ਇਹ ਧਾਤਾਂ ਦੀ ਪ੍ਰਾਪਰਟੀ ਹੈ, ਸੋ ਇੰਪੋਰਟੈਂਟ ਹੋ ਸਕਦਾ ਜੀ। ਥਰਮਾਮੀਟਰ 'ਚ ਇੱਕ ਧਾਤ ਭਰੀ ਹੁੰਦੀ ਹੈ ਜੋ ਦਰਵ ਅਵਸਥਾ 'ਚ ਹੁੰਦੀ ਹੈ, ਤੋ ਮਰਕਰੀ ਹੁੰਦੀ ਹੈ ਜੀ, ਪਾਰਾ ਹੁੰਦਾ ਤੁਹਾਡੇ ਕੋਲ। ਸੋ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਤੁਹਾਡੇ ਕੋਲ। ਸੋ ਮਤਲਬ ਆ ਜਿਹੜੀ ਸ਼ੀਟ ਹੈ ਇਹਦੇ ਵਿੱਚੋਂ NMMS ਦੇ ਵਿੱਚ ਤੁਹਾਡੇ ਕੋਲ ਤੇ NTSC ਵਿੱਚ ਆਉਣ ਦੀ ਪੂਰੀ ਸੰਭਾਵਨਾ ਹੁੰਦੀ ਹੈ, ਕਿਉਂਕਿ ਮੈਟਲਸ ਐਂਡ ਨਾਨ ਮੈਟਲ 10ਵੀਂ ਦਾ ਚੈਪਟਰ ਵੀ ਹੈ ਔਰ 10ਵੀਂ ਦੇ ਕਨਸੈਪਟਸ ਆਪਾਂ ਆਈਡੀਆ ਲੈ ਲੈਂਦੇ ਹਾਂ ਤੁਹਾਡੇ ਕੋਲ। ਸੋ ਜਿਹੜਾ ਮਰਕਰੀ ਹੈ ਜੀ ਤੁਹਾਡੇ ਕੋਲ, ਕਈ ਵਾਰ ਪੰਜਾਬੀ ਵਾਲੀ ਥਾਂ ਤੇ ਪਾਰਾ ਲਿਖਿਆ ਹੁੰਦਾ, ਸੋ ਦੇਖ ਲੈਣਾ ਜੀ ਇਹ ਤੁਹਾਡੇ ਕੋਲ ਠੀਕ ਹੈ ਜੀ। ਸੋ ਜਿਹੜਾ ਹੈਗਾ ਤੁਹਾਡੇ ਪਾਸ, ਉਸ ਤੋਂ ਬਾਅਦ ਪੰਜਵਾਂ ਕੁਐਸਚਨ ਹੈਗਾ, ਕਹਿੰਦਾ ਅਮਨ ਨੇ ਪੜਿਆ ਹੈ ਕਿ ਧਾਤਾਂ ਵੈਸੇ ਤਾਂ ਕਠੋਰ ਹੁੰਦੀਆਂ ਪਰ ਚਾਕੂ ਨਾਲ ਕੱਟ ਦਿੱਤਾ ਅਧਿਆਪਕ ਨੇ। ਸੋ ਚਾਕੂ ਨਾਲ ਪੋਟਾਸ਼ੀਅਮ ਕੱਟੀ ਜਾਂਦੀ ਹੈ ਤੇ ਇੱਕ ਹੋਰ ਹੁੰਦੀ ਹੈ, ਜੇ ਆਪਸ਼ਨ 'ਚ ਆ ਜਾਏ ਤਾਂ ਸੋਡੀਅਮ ਵੀ ਕਹਿ ਸਕਦੇ ਹੋ ਤੁਸੀਂ, ਸੋਡੀਅਮ। ਸੋ ਜਾਂ ਤਾਂ ਮੈਂ ਤੁਹਾਨੂੰ ਵੈਸੇ ਲਿਖ ਦਿੱਤਾ, ਇੱਥੇ ਤਾਂ ਪੋਟਾਸ਼ੀਅਮ ਹੀ ਰਹੇਗੀ ਪਰ ਅਗਰ ਆਪਸ਼ਨ ਆ ਜਾਵੇ ਤਾਂ ਸੋਡੀਅਮ ਵੀ ਹੁੰਦਾ ਹੈ ਠੀਕ ਹੈ ਜੀ। ਕਾਪਰ, ਕਹਿੰਦਾ ਰੁਪਿੰਦਰ ਮੇਲੇ ਤੋਂ ਕਾਪਰ ਦੀ ਮੂਰਤੀ ਖਰੀਦ ਲਿਆਈ, ਤੋਂ ਕਾਪਰ ਦੀ ਮੂਰਤੀ ਖਰੀਦ ਲਈ ਉਹ 'ਚ ਹਰੇ ਰੰਗ ਦੀ ਪਰਤ ਜੰਮ ਗਈ ਠੀਕ ਹੈ ਜੀ, ਤਾਂ ਇਹਨੂੰ ਕੀ ਕਹਿੰਦੇ? ਕਾਪਰ ਹਾਈਡਰੋਕਸਾਈਡ ਐਂਡ ਕਾਪਰ ਕਾਰਬੋਨੇਟ ਠੀਕ ਹੈ ਜੀ, ਮਤਲਬ CuOH ਟਵਾਈਸ ਤੇ ਕਾਪਰ CuCO3। ਸੋ ਕਾਪਰ ਹਾਈਡਰੋਕਸਾਈਡ ਐਂਡ ਕਾਪਰ ਕਾਰਬੋਨੇਟ ਦਾ ਮਿਕਸਚਰ ਹੁੰਦਾ ਤੁਹਾਡੇ ਪਾਸ, ਤਾਂ ਇਹ ਵਾਲੀ ਚੀਜ਼ ਹੁੰਦੀ ਹੈ। ਸੋ ਇਹ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ NTSC ਲਈ ਤੇ NMMS ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਐਗਜ਼ਾਮ। ਜਸਵਿੰਦਰ, ਇੱਕ ਧਾਤੂ ਨੂੰ ਹਵਾ ਵਿੱਚ ਖੁੱਲ੍ਹਾ ਰੱਖਦਾ ਉੱਤੇ ਜਲਣ ਲੱਗ ਜਾਂਦੀ ਹੈ, ਤਾਂ ਹਵਾ ਵਿੱਚ ਅਧਾਤੂ ਹੈ ਜਿਹੜੀ ਉਹ ਫਾਸਫੋਰਸ ਜਲਣ ਲੱਗ ਜਾਂਦੀ ਹੈ ਤੁਹਾਡੇ ਪਾਸ। ਸੋ ਫਾਸਫੋਰਸ ਨੂੰ ਤੁਸੀਂ ਪਾਣੀ 'ਚ ਰੱਖਣਾ ਪੈਂਦਾ, ਤੁਹਾਨੂੰ ਪਾਣੀ ਵਿੱਚ ਰੱਖਣੀ ਪੈਂਦੀ, ਹਵਾ 'ਚ ਤਾਂ ਇਹਨੂੰ ਅੱਗ ਲੱਗ ਜਾਂਦੀ ਹੈ, ਸੋ ਖਿਆਲ ਰੱਖਣਾ ਜੀ ਠੀਕ ਹੈ ਜੀ। ਕਹਿੰਦੇ ਇੱਕ ਗੈਸ ਦੇ ਪ੍ਰੀਖਣ ਸਮੇਂ ਅਧਿਆਪਕ ਦੁਆਰਾ ਪਰਖ ਨਲੀ ਦੇ ਮੂੰਹ ਕੋਲ ਬਲਦੀ ਹੋਈ ਮਾਚਿਸ ਦੀ ਤਿੱਲੀ ਲਾਉਣ ਤੇ ਪੌਪ ਦੀ ਆਵਾਜ਼ ਆਉਂਦੀ ਹੈ, ਪੌਪ ਦੀ ਆਵਾਜ਼ ਆਉਂਦੀ, ਪੌਪ ਦੀ ਆਵਾਜ਼ ਮਤਲਬ ਤੁਹਾਡੇ ਪਾਸ ਵੀ ਐਵੇਂ ਕਰਦੀ ਹੈ ਥੋੜ੍ਹੀ ਜਿਹੀ, ਮੈਂ ਤੁਸੀਂ ਟੱਕ ਕਰਦੇ ਹੁੰਦੇ ਉੱਦਾਂ, ਔਰ ਇਹ ਹਮੇਸ਼ਾ ਹਾਈਡਰੋਜਨ ਨਾਲ ਹੁੰਦਾ ਹੈਗਾ ਤੁਹਾਡੇ ਕੋਲ। ਸੋ ਪੌਪ ਦੀ ਆਵਾਜ਼ ਤੁਸੀਂ ਖਿਆਲ ਰੱਖਣਾ, ਹਾਈਡਰੋਜਨ ਨਾਲ ਆਉਂਦੀ ਹੈ। ਸੋ ਮੇਰਾ ਖਿਆਲ ਹੈ ਜੀ ਤੁਹਾਡੇ ਪਾਸ, ਈਵਨ ਜਿਹੜੀਆਂ ਸੋਡੀਅਮ ਤੇ ਪੋਟਾਸ਼ੀਅਮ ਨੇ ਇਹ ਵੀ ਮਿੱਟੀ ਦੇ ਤੇਲ 'ਚ ਰੱਖ ਹੁੰਦੀਆਂ ਨੇ, ਇਹ ਵੀ ਹਵਾ 'ਚ ਜਿਹੜਾ ਹੈਗਾ ਤੁਹਾਡੇ ਪਾਸ, ਇਹ ਰਿਐਕਟਿਵ ਮੈਟਲਸ ਹੁੰਦੀਆਂ ਨੇ, ਇਹ ਵੀ ਸੋਡੀਅਮ ਤੇ ਪੋਟਾਸ਼ੀਅਮ ਵੀ, ਇਹਨਾਂ ਨੂੰ ਜਦੋਂ ਸਾਂਭ ਕੇ ਰੱਖਣਾ ਹੁੰਦਾ ਤਾਂ ਮਿੱਟੀ ਦੇ ਤੇਲ ਵਿੱਚ ਰੱਖਦੇ ਆ ਤੁਹਾਡੇ ਕੋਲ, ਮਿੱਟੀ ਦੇ ਤੇਲ ਵਿੱਚ ਠੀਕ ਹੈ, ਇਹ ਖਿਆਲ ਰੱਖਣਾ ਤੁਹਾਡੇ ਕੋਲ ਠੀਕ ਹੈ ਜੀ। ਸੋ ਇਹ ਵਾਲੀ ਚੀਜ਼ ਹੋ ਗਈ ਜੀ ਤੁਹਾਡੇ ਕੋਲ, ਸੋ ਇਹ ਬਣ ਗਿਆ ਆਪਣੇ ਕੋਲ। ਉਹ ਤੋਂ ਬਾਅਦ ਸੋਨਾਲੀ ਦੇ ਮਾਤਾ ਜੀ ਨੇ ਨਿੰਬੂ ਦੇ ਅਚਾਰ ਨੂੰ ਕਿਤੇ ਵੀ, ਮੈਟਲਸ ਦੇ ਵਿੱਚ ਆਪਾਂ ਕਿਤੇ ਵੀ ਅਚਾਰ ਨਹੀਂ ਸਟੋਰ ਕਰਦੇ, ਸਾਡੇ ਵਰਤਮਾਨ ਕੁਝ ਇਦਾਂ ਦੇ ਨਹੀਂ ਹੁੰਦੇ ਵੀ ਐਲਮੀਨੀਅਮ 'ਚ ਕਰ ਲਈਏ, ਆਪਾਂ ਨੂੰ ਅਸਲ 'ਚੋਂ ਜਿਹੜੇ ਆਪਾਂ ਅਚਾਰੀ ਵਰਤਮਾਨ ਹੁੰਦੇ ਆ ਜਿਹਨੂੰ ਆਪਾਂ ਚੀਨੀ ਮਿੱਟੀ ਦੇ ਕਹਿੰਦੇ ਹਾਂ, ਉਹ ਹੁੰਦੇ ਸੀ, ਅਚਾਰ ਖਰਾਬ ਹੋ ਜਾਏਗਾ ਠੀਕ ਹੈ, ਪੋਇਜ਼ਨਸ ਬਣ ਜਾਂਦਾ ਜੇ ਤੁਸੀਂ ਐਲਮੀਨੀਅਮ 'ਚ ਸਟੋਰ ਕਰੋਗੇ। ਕੋਈ ਵੀ ਨਹੀਂ ਕਰਦਾ, ਚਾਹੇ ਉਹਨੂੰ ਸਾਇੰਸ ਆਉਂਦੀ ਹੈ ਚਾਹੇ ਨਹੀਂ ਆਉਂਦੀ, ਦੇਖ ਲਓ, ਜਾਂ ਤਾਂ ਪਲਾਸਟਿਕ ਦਾ ਵਰਤਮਾਨ ਹੋਊਗਾ ਆਪਣੇ ਘਰੇ, ਜਾਂ ਫਿਰ ਉਹ ਪੁਰਾਣੇ ਜ਼ਮਾਨੇ ਦੇ ਜਿਹੜੇ ਚੀਨੀ ਮਿੱਟੀ ਵਾਲੇ ਹੁੰਦੇ ਸੀਗੇ, ਉਹ ਸਭ ਤੋਂ ਬੈਟਰ ਆਪਸ਼ਨ। ਕਹਿੰਦਾ ਜਸਪਾਲ ਨੇ ਦੇਖਿਆ ਕਿ ਧਾਤਾਂ ਆਮ ਤੌਰ ਤੇ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਬਣਾਉਂਦੀਆਂ ਹਨ, ਆਮ ਤੌਰ ਤੇ ਹਾਈਡਰੋਜਨ ਗੈਸ ਬਣਾਉਂਦੀਆਂ, ਪਰ ਇੱਕ ਧਾਤ ਹਲਕੇ ਹਾਈਡਰੋਕਲੋਰਿਕ ਐਸਿਡ 'ਚ ਰੱਖ ਦਿੱਤਾ ਜਾਵੇ ਤਾਂ ਕਿਰਿਆ ਨਹੀਂ ਕਰਦੀ, ਕਾਪਰ ਨਹੀਂ ਕਿਰਿਆ ਕਰਦੀ ਕਿਉਂਕਿ ਇਹ ਲੀਸਟ ਰਿਐਕਟਿਵ ਹੈ, ਘੱਟ ਕਿਰਿਆਸ਼ੀਲ ਹੈ ਇਹਨਾਂ 'ਚੋਂ, ਸੋ ਕਾਪਰ ਨਹੀਂ ਕਰਦੀ ਹੈ ਕਿ ਤੁਹਾਡੇ ਪਾਸ
ठीक है जी। निशा ने एक लोहे दी किल नू कापर सल्फेट वैसे नीला हुंदा है, जदों उहनू लोहे दी किल च उहदे विच रख दित्ता तां कापर सल्फेट दे नीले रंग च की होगा, नीला रंग ना हरा हो जाएगा, क्योंकि जिहड़ा कापर सल्फेट हुंदा है ये फेरस सल्फेट च कन्वर्ट हो जाता है और वह हरा हुंदा, सो ये हरा हुंदा है। ठीक है, तो ये नील जिहड़े 8वीं वाले बच्चे उन्होंने फार्मूले नहीं होंगे है, सो घबराना नहीं गा भी घबराहट हो जाए फार्मूला, तो ये 10वीं वाला बच्चा जिहड़ा हुंदा उन्होंने पता हुंदा, सो नीला रंग हरा हो जाएगा। मैं मान के चलना कोई NTSC वाला बच्चा होएगा तो जरूर देखता होएगा तुहाडे कोल। ठीक है जी, सो व्यूवरशिप च आपां नूं नहीं ना पता हुंदा कौन कौन देख रहा। सुधीर ने अध्यापक तो उस अतात का नाम पूछा जिस च चमक हुंदी है, सो ग्रेफाइट में चमक हुंदी है जी, ना कोले च हुंदी है, ना क्लोरीन च, ना फॉस्फोरस। जे ग्रेफाइट ना आवे ता हीरा जे डायमंड डायमंड विच भी चमक हुंदी है, आयोडीन विच भी चमक हुंदी हैगी है तुहाडे पास, ईवन आयोडीन आ जांदा तुहाडे कोल तां वी। ये एक्सट्रा ऑप्शनां तां लिखियां, कल नूं आ ना आके हीरा आ जाए, सो ये दो तीन जिहड़ियां नॉन मेटल्स हैं इन्हां च चमक हुंदी है, आपां याद रखना। उस तो बाद हैगा ये मैगनीशियम ऑक्साइड, मैगनीशियम रिबन नूं हवा विच जला के प्राप्त हुंदा हैगा। ठीक है जी, सो हवा विच जलाता इस दा सुभाव की हुंदा हैगा तुहाडे पास। ठीक है जी, ਤੇ ਜਿਹੜੇ ਆਕਸਾਈਡਸ ਆਫ ਮੈਟਲ ਹੁੰਦੇ ਨੇ ਨਾ, ਆਕਸਾਈਡਸ ਆਫ ਮੈਟਲ ਉਹ ਬੇਸਿਕ ਇਨ ਨੇਚਰ ਹੁੰਦੇ ਨੇ, ਬੇਸਿਕ ਮੈਨੇ ਖਾਰੀ। ਸੋ ਇੱਥੇ ਮੈਗਨੀਸ਼ੀਅਮ ਹੈ, ਇਹ ਮੈਟਲ ਹੈ, ਤਾਂ ਇਹਦਾ ਜਿਹੜਾ ਹੈਗਾ ਉਹਦਾ ਜਦੋਂ ਇਹਦਾ ਜਲੂਗਾ, ਜਦੋਂ ਇਹਦਾ ਕੋਈ ਵੀ ਆਕਸਾਈਡ ਬਣੂਗਾ ਤਾਂ ਉਹ ਖਾਰੀ ਹੋਊਗਾ। ਸੋ ਮੈਟਲ ਦਾ ਆਕਸਾਈਡ ਖਾਰੀ ਹੀ ਹੁੰਦਾ, ਖਿਆਲ ਰੱਖਣਾ ਤੁਹਾਡੇ ਪਾਸ। ਠੀਕ ਹੈ, ਫਿਗਰ ਬਣੀ ਨਹੀਂ ਵਧੀਆ ਹੋਈ, ਇੱਥੇ ਨਾ ਜੁੜਿਆ ਹੋਇਆ ਅਸਲ 'ਚ, ਇੱਥੇ ਵੀ ਜੁੜਿਆ ਹੋਇਆ ਅਸਲ 'ਚ, ਇੱਥੇ ਇੱਥੇ ਜੋ ਲੱਗਿਆ ਹੋਇਆ ਉਹਨੂੰ ਉਹ ਹੈਗਾ ਕਿੱਲ ਸੀਗੀ ਉਰੇ ਤੁਹਾਡੇ ਕੋਲ, ਤੇ ਇਧਰੋਂ ਵੀ ਇਹ ਜੁੜੀ ਹੋਈ ਹੈ। ਸੋ ਆਪਾਂ ਕਹਿੰਦਾ ਲੋਹੇ ਦੀ ਕਿੱਲ ਦੀ ਥਾਂ ਤੇ ਕੀ ਵਰਤਿਆ ਜਾਵੇ, ਲੋਹੇ ਦੀ ਕਿੱਲ ਦੀ ਥਾਂ ਤੇ ਉਹ ਚੀਜ਼ ਵਰਤ ਸਕਦੇ ਹੋ ਜਿੰਨਾ ਸਰਕਟ ਕੰਪਲੀਟ ਹੋ ਜੇ, ਤਾਂ ਪਲਾਸਟਿਕ ਲੱਕੜ ਤੇ ਰਬੜ ਨਾਲ ਨਹੀਂ ਕੰਪਲੀਟ ਹੋ ਸਕਦਾ, ਸਾਰੇ ਕੂਚਾਲਕ ਨੇ, ਸੋ ਗ੍ਰੇਫਾਈਟ ਬੱਲਿਆ ਜਾਊਗਾ। ਪੈਨਸਲ ਦਾ ਸਿੱਕਾ ਜਿਹੜਾ ਹੁੰਦਾ ਉਹ ਗ੍ਰੇਫਾਈਟ ਹੁੰਦੀ ਹੈ, ਤੁਹਾਡਾ ਕੰਮ ਚੱਲ ਜਾਣਾ। ਪਾਣੀ ਦੇ ਘੋਲ ਵਿੱਚ ਕਾਪਰ ਸਲਫੇਟ ਦਾ ਕਿਹੜਾ ਰੰਗ ਹੈ, ਤੁਸੀਂ ਕਿਰਿਆ ਦੇਖੀ ਹੋਊਗੀ ਜਿਹੜੀ ਮੈਂ ਕਰਕੇ ਦਿਖਾਈ ਸੀ ਬੱਚਿਆਂ ਨੂੰ, ਕਾਪਰ ਸਲਫੇਟ ਹੈ ਨਾ ਪ੍ਰੋਟੀਨ ਦੀ ਟੈਸਟਿੰਗ ਵਾਲੀ। ਠੀਕ ਹੈ ਜੀ, ਉਹਦੇ ਵਿੱਚ ਆਪਾਂ ਕਾਪਰ ਸਲਫੇਟ ਲਿਆ ਤਾਂ ਨੀਲਾ ਰੰਗ ਹੁੰਦਾ, ਤਾਂ ਹਰ ਬੱਚਾ ਕਰ ਸਕਦਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਨੇਹਾ ਨੇ ਕਿਸੇ ਪਦਾਰਥ ਨੂੰ ਹਥੌੜੇ ਨਾਲ ਕੁੱਟ ਕੇ ਪਤਲੀਆਂ ਚਾਦਰਾਂ ਬਣਾ ਰਹੀ ਹੈ ਨੇਹਾ। ਠੀਕ ਹੈ, ਹੇਠ ਲਿਖੇ ਪਦਾਰਥਾਂ ਵਿੱਚੋਂ ਕਿਹਨੂੰ ਚਾਦਰ ਵਰਤਣੀ ਕਿਹਦੀ ਹੈ, ਮੈਟਲਸ ਦੀ ਪ੍ਰੋਪਰਟੀ ਹੈ ਪਤਲੀਆਂ ਚਾਦਰਾਂ ਬਣਾਉਣਾ, ਸੋ ਮੈਟਰ ਤਾਂ ਹੈ ਤੁਹਾਡੇ ਪਾਸ, ਸੋ ਇਹ ਤੁਹਾਡਾ ਇੰਪੋਰਟੈਂਟ ਹੈਗਾ। ਠੀਕ ਹੈ ਜੀ, ਡਾਕਟਰ ਨੇ ਮੇਰੇ ਵਿੱਚ ਆਇਰਨ ਦੀ ਕਮੀ ਦੀ ਜਾਂਚ ਕੀਤੀ, ਮੇਰੇ ਸਰੀਰ ਵਿੱਚ ਆਇਰਨ ਕਿੱਥੇ ਮੌਜੂਦ ਹੁੰਦਾ ਹੈਗਾ, ਸੋ ਆਇਰਨ ਖੂਨ 'ਚ ਹੁੰਦਾ ਜੀ ਤੁਹਾਡੇ ਕੋਲ। ਸੋ ਠੀਕ ਹੈ ਜੀ, ਸੋ 17 ਕੁਸ਼ਚਨ ਹੋ ਗਏ, 7 ਮਿੰਟ ਆਪਾਂ ਨੂੰ ਡਿਸਕਸ ਕਰਨ ਨੂੰ ਲੱਗੇ ਨੇ, ਕੋਈ ਐਡੀ ਲੰਬੀ ਚੌੜੀ ਰੋਕੇਟ ਸਾਇੰਸ ਇਹਨਾਂ ਵਿੱਚ ਹੈ ਨਹੀਂ ਗੀ। ਸੋ ਦੁਬਾਰਾ ਦੁਬਾਰਾ ਦੇਖੋ ਜੀ, ਤਦ ਤੱਕ ਹਰੇਕ ਚੀਜ਼ ਰੱਟ, ਈਵਨ ਤੁਸੀਂ ਲੈਸਨ ਨਾ ਵੀ ਪੜ੍ਹਿਆ ਹੋਵੇ, ਇੰਨੇ ਕੁ ਵਧੀਆ ਕੁਸ਼ਚਨ ਨੇ ਤੁਹਾਡੇ ਪਾਸ, ਅਤੇ ਇਹ ਜਿਹੜਾ ਹੈਗਾ ਤੁਹਾਨੂੰ ਬੜਾ ਬੈਨੀਫਿਟ ਹੋਏਗਾ। ਠੀਕ ਹੈ ਜੀ, ਹੁਣ ਆਪਾਂ ਐਂਡ ਵਿੱਚ ਉਹੀ ਚੀਜ਼, ਰੁਕੋ ਰੁਕੋ ਜਾਣਾ ਨਹੀਂ ਹੈਗਾ ਤੁਹਾਡੇ ਕੋਲ, ਠੀਕ ਹੈ, ਸਬਸਕ੍ਰਾਈਬ ਕਰਨਾ ਹੈਗਾ ਤੁਹਾਡੇ ਕੋਲ, SUBSCRIBE। ਠੀਕ ਹੈ ਜੀ, ਸੋ ਸ਼ੇਅਰ ਵੀ ਕਰਨਾ ਹੈ। ਠੀਕ ਹੈ ਜੀ, ਇੱਥੇ ਤੱਕ ਦੇਖ ਲਿਆ ਤਾਂ ਲਾਈਕ ਵੀ ਜ਼ਰੂਰ ਕਰ ਦਿਓ, ਬੰਦੇ ਨੂੰ ਹੌਸਲਾ ਹੋ ਜਾਂਦਾ। ਠੀਕ ਹੈ ਜੀ, ਥੈਂਕ ਯੂ।